ਹਾਂਜੀ, ਕਰੋਏਸ਼ੀਆ ਆਉਣ ਦਾ ਜਿਹੜਾ ਪ੍ਰੋਸੈਸ ਆ, ਸਭ ਤੋਂ ਪਹਿਲਾਂ ਤਾਂ ਜੀ, ਹਾਂਜੀ ਕਿੱਦਾਂ ਸਾਰੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਅੱਜ ਸ਼ਾਮ ਦਾ ਟਾਈਮ ਹੈ, ਕਰੋਏਸ਼ੀਆ ਜੈਗਰੇਬ ਸਿਟੀ ਆਪਾਂ ਜਾ ਰਹੇ ਹਾਂ ਜੀ। ਇੱਥੇ ਲਾਗੇ ਇੱਕ ਪਾਰਕ ਹੈ, ਪਾਰਕ 'ਚ ਘੁੰਮਣ ਜਾ ਰਹੇ ਹਾਂ ਕਿਉਂਕਿ ਫ੍ਰੀ ਬੈਠੇ ਹੋਏ ਸੀ ਰੂਮ 'ਚ, ਸੋਚਿਆ ਚਲੋ ਪਾਰਕ 'ਚ ਘੁੰਮ ਫਿਰ ਕੇ ਆਉਂਦੇ ਹਾਂ। ਅਤੇ ਅੱਜ ਨਾਲ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਪਾਰਕ ਦਾ ਵਿਊ, ਅਤੇ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਆਪਾਂ ਕਰੋਏਸ਼ੀਆ ਆਉਣਾ ਹੋਵੇ ਤਾਂ ਉਹਦਾ ਪੂਰਾ ਪ੍ਰੋਸੈਸ ਕੀ ਆ, ਉਹ ਸਾਰੀ ਗੱਲਬਾਤ ਆਪਾਂ ਜਾ ਕੇ ਕਰਾਂਗੇ ਪਾਰਕ ਦੇ ਵਿੱਚ। ਫਿਲਹਾਲ ਵਿਊ ਦੇਖ ਲਓ ਕਰੋਏਸ਼ੀਆ ਦਾ, ਅਤੇ ਆਪਾਂ ਜਾ ਰਹੇ ਹਾਂ। ਚੈੱਕ ਕਰੋ ਜੀ ਮਿੰਨੀ ਕੂਪਰ, ਬਸ ਆਪਾਂ ਪਹੁੰਚਣ ਵਾਲੇ ਹਾਂ। ਮੈਪ ਲਾਇਆ ਸੀਗਾ ਅਤੇ 6 ਮਿੰਟ ਦੱਸਦਾ ਸੀ। ਉਹ ਸਾਹਮਣੇ ਆ ਗਿਆ ਪਾਰਕ, ਬੱਚੇ ਫੁੱਟਬਾਲ ਖੇਡਦੇ ਆ। ਕਾਂ ਦੇਖੋ ਇੱਧਰ ਕਿੱਦਾਂ ਦੇ ਆ, ਰੱਬ ਖੜੱਬੇ ਕਾਂ ਆ। ਭਾਅ ਜੀ ਤੁਸੀਂ ਆਪਣੇ ਬਾਰੇ ਕੁਛ ਦੱਸੋ ਸਾਡੇ ਦਰਸ਼ਕਾਂ ਨੂੰ, ਕਿਹੜੀ ਜਗ੍ਹਾ ਤੋਂ ਤੁਸੀਂ? ਭਾਅ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਦਲਜੀਤ ਸਿੰਘ, ਮੈਂ ਕਪੂਰਥਲੇ ਤੋਂ ਆਇਆ ਜੀ। ਅੱਛਾ, ਕਿੱਦਾਂ ਦਾ ਰਿਹਾ ਲੱਗਾ ਤੁਹਾਨੂੰ ਕਰੋਏਸ਼ੀਆ ਇੱਥੇ ਆ ਕੇ? ਹਾਂਜੀ ਭਾਅ ਜੀ ਬਹੁਤ ਵਧੀਆ ਲੱਗਿਆ ਜੀ, ਬਹੁਤ ਨਾਈਸ ਕੰਟਰੀ ਆ। ਨਾਈਸ ਕੰਟਰੀ, ਜਿਹੜਾ ਵੈਦਰ ਵੀ ਬਹੁਤ ਵਧੀਆ ਆ, ਵੈਦਰ ਵੀ ਬਹੁਤ ਨੀਟ ਐਂਡ ਕਲੀਨ ਵੈਦਰ ਆ, ਨੀਟ ਐਂਡ ਕਲੀਨ ਵੈਦਰ ਆ। ਅਤੇ ਭਾਅ ਜੀ ਹੁਣੀ ਪੂਰੇ ਖੁਸ਼ ਹੈ, ਅਤੇ ਇੱਕ ਭਾਅ ਜੀ ਸਾਡੇ ਨਾਲ ਹੋਰ ਹੈਗੇ ਆ, ਉਹਨਾਂ ਦਾ ਵੀ ਅਸੀਂ ਇੰਟਰਵਿਊ ਲੈਂਦੇ ਹਾਂ, ਉਹਨਾਂ ਤੋਂ ਵੀ ਪੁੱਛਦੇ ਹਾਂ। ਭਾਅ ਜੀ ਤੁਸੀਂ ਵੀ ਦੱਸੋ ਕੁਛ ਦਰਸ਼ਕਾਂ ਨੂੰ। ਪਹਿਲਾਂ ਨਾਮ ਪਤਾ ਦੱਸੋ ਆਪਣਾ। ਮੇਰਾ ਨਾਮ ਸੁਖਪ੍ਰੀਤ ਸਿੰਘ ਆ, ਜਲੰਧਰ ਤੋਂ ਆਪਾਂ। ਅੱਛਾ ਜੀ, ਹਾਂਜੀ। ਤੇ ਕਿੱਦਾਂ ਲੱਗਾ ਕਰੋਏਸ਼ੀਆ ਫਿਰ? ਵਧੀਆ ਭਾਜੀ, ਬਹੁਤ ਵਧੀਆ। ਖੁਸ਼ ਹੋ, ਸੈਟੀਸਫਾਈ ਪੂਰੇ? ਵਧੀਆ, ਹਾਂਜੀ, ਸਾਫ ਸੁਥਰੀ ਕੰਟਰੀ ਆ। ਬਿਲਕੁਲ ਜੀ ਬਿਲਕੁਲ, ਬਹੁਤ ਸੋਹਣੀ ਕੰਟਰੀ ਆ। ਆ ਦੇਖੋ ਤੁਸੀਂ ਆਲੇ ਦੁਆਲੇ, ਉਹ ਸਾਹਮਣੇ ਚੱਲ ਰਹੀ ਆ ਫੁੱਟਬਾਲ ਦੀ ਪ੍ਰੈਕਟਿਸ, ਕਿਉਂਕਿ ਫੁੱਟਬਾਲ ਜਿਹੜਾ ਆ ਕਰੋਏਸ਼ੀਆ ਦੀ ਨੈਸ਼ਨਲ ਗੇਮ ਆ, ਅਤੇ ਵਰਲਡ ਕੱਪ ਦੇ ਫਾਈਨਲ 'ਚ ਵੀ ਪਹੁੰਚੀ ਸੀਗੀ ਕਰੋਏਸ਼ੀਆ, ਅਨਫੋਰਚੁਨੇਟ ਇੱਥੇ ਹਾਰ ਗਏ ਸੀ। ਇੱਥੋਂ ਦਾ ਬਹੁਤ ਹੀ ਫੇਮਸ ਪਲੇਅਰ ਆ ਲੁਕਾ ਮੋਡਰਿਚ, ਜੋ ਕਿ ਖੇਡਦਾ ਰੀਅਲ ਮੈਡਰਿਡ ਵਾਸਤੇ, ਅਤੇ ਆਪਾਂ ਉਹਨਾਂ ਨੂੰ ਤੁਹਾਡੇ ਨਾਲ ਮਿਲਾਵਾਂਗੇ ਕਿਸੇ ਦਿਨ, ਮੌਕਾ ਕੱਢ ਕੇ, ਟਾਈਮ ਕੱਢ ਕੇ ਉਹਨਾਂ ਨਾਲ ਮਿਲਾਵਾਂਗੇ ਤੁਹਾਨੂੰ। ਪਹਿਲਾਂ ਤੁਸੀਂ ਗੇਮ ਚੱਕੋ ਫੁੱਟਬਾਲ ਦੀ, ਫਿਰ ਤੁਹਾਨੂੰ ਫਿਰ ਜਾਣਕਾਰੀ, ਜਿਹੜੀ ਵੀਡੀਓ ਦਾ ਮੇਨ ਟੋਪਿਕ ਆ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਕੀ ਹਿਸਾਬ ਕਿਤਾਬ ਹੈ ਸਾਡਾ, ਕਿੱਦਾਂ ਆਪਾਂ ਆਏ ਸੀਗੇ ਇੱਥੇ। ਲੋਕਾਂ ਨੂੰ ਨਾ ਸਾਈਕਲਿੰਗ ਬਹੁਤ ਪਸੰਦ ਆ, ਛੋਟੇ ਛੋਟੇ ਬੱਚੇ, ਵੱਡੇ ਜਵਾਨ, ਬਜ਼ੁਰਗ ਸਾਈਕਲ ਬਹੁਤ ਚਲਾਉਂਦੇ ਆ, ਫਿੱਟ ਰਹਿੰਦੇ ਆ ਸਾਈਕਲ ਚਲਾ ਕੇ। ਹੁਣੇ ਹੁਣ ਇੱਕ ਨਵੀਂ ਜਾਣਕਾਰੀ ਪਤਾ ਲੱਗੀ ਆ, ਜਿਹੜੀ ਪਾਰਕ ਹੈ ਡੋਗਸ ਵਾਸਤੇ ਹੈ, ਕੁੱਤਿਆਂ ਵਾਸਤੇ ਪਾਰਕ ਬਣੀ ਹੈ ਇਹ, ਇੱਥੇ ਕਿ ਉਹਨਾਂ ਨੂੰ ਪ੍ਰੈਕਟਿਸ ਕਰਾਉਂਦੇ ਆ ਜੰਪ ਜੁੰਪ ਕਰਨ ਦੀ, ਜ਼ਿਗਜ਼ੈਗ ਵਗੈਰਾ ਕਰਨ ਦੀ। ਇੱਥੇ ਰੋਡ ਕ੍ਰੋਸ ਕਰਨਾ ਤਾਂ ਹਮੇਸ਼ਾ ਜੈਬਰਾ ਕ੍ਰੋਸਿੰਗ ਤੋਂ ਕਰਨਾ ਆ, ਇੱਦਾਂ ਨਹੀਂ ਕ੍ਰੋਸ ਕਰਨਾ, ਰੂਲ ਬਹੁਤ ਹਾਰਡ ਇੱਧਰ। ਕਿੰਨੀਆਂ ਸੋਹਣੀਆਂ ਬੱਸਾਂ ਖੜੀਆਂ, ਹਾਂਜੀ ਕਰੋਏਸ਼ੀਆ ਆਉਣ ਦਾ ਜਿਹੜਾ ਪ੍ਰੋਸੈਸ ਆ, ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੇ ਲੱਭਣਾ ਹੈ ਕੋਈ ਵਧੀਆ ਜਿਹਾ ਏਜੰਟ, ਵਧੀਆ ਜਿਹੀ ਏਜੰਸੀ ਜਿਹੜੀ ਕਿ ਕਰੋਏਸ਼ੀਆ ਦਾ ਕੰਮ ਕਰਵਾ ਕੇ ਦਿੰਦੀ ਹੈ। ਅਤੇ ਉਸ ਤੋਂ ਪਹਿਲਾਂ ਕੀ ਕਰਨਾ ਹੈ ਕਿ ਆਪਾਂ ਨੂੰ ਡਾਕੂਮੈਂਟ ਜਿਹੜੇ ਕਿਹੜੇ ਕਿਹੜੇ ਚਾਹੀਦੇ ਹੁੰਦੇ ਆ, ਅਤੇ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਹੋਣਾ ਚਾਹੀਦਾ ਹੈ ਜੀ ਪਾਸਪੋਰਟ ਵੈਲਿਡ, ਘੱਟੋ ਘੱਟ 2-2.5 ਸਾਲ ਦੀ ਉਹਦੀ ਵੈਲਿਡਿਟੀ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਆਪਣੇ ਕੋਲ ਚਾਹੀਦਾ ਹੈਗਾ PCC, ਪੁਲਿਸ ਕਲੀਅਰੈਂਸ ਸਰਟੀਫਿਕੇਟ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਬਣਦੀ ਹੈ SP ਆਫਿਸ ਤੋਂ ਯਾਨੀ ਕਿ ਪੁਲਿਸ ਸਟੇਸ਼ਨ ਤੋਂ, ਇੱਕ ਬਣਦੀ ਹੈ ਪਾਸਪੋਰਟ ਆਫਿਸ ਤੋਂ। ਵੈਸੇ ਤਾਂ ਦੋਨੋਂ ਚੱਲ ਜਾਂਦੀਆਂ ਆ, ਪਰ ਏਜੰਸੀਆਂ ਰਿਕਮੈਂਡ ਕਰਦੀਆਂ ਆ ਕਿ ਆਪਾਂ ਜੇ ਪਾਸਪੋਰਟ ਆਫਿਸ ਵਾਲੀ ਬਣਵਾਈਏ ਤਾਂ ਉਹ ਬੈਟਰ ਆ,
ਤੇ ਉਸ ਤੋਂ ਬਾਅਦ ਉਹਨੂੰ ਅਪੋਸਟਾਈਲ ਵੀ ਕਰਾਉਣਾ ਪੈਂਦਾ ਆ, ਯਾਨੀ ਕਿ ਅਟੈਸਟਡ ਕਰਵਾਉਣੀ ਪੈਂਦੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ। ਉਹ ਅਟੈਸਟਡ ਕਰਵਾ ਕੇ ਫਿਰ ਤੁਸੀਂ ਜਿਹੜੀ ਏਜੰਸੀ 'ਚ ਗੱਲਬਾਤ ਕੀਤੀ ਆ ਉਹਨਾਂ ਨੂੰ ਆਪਣੀ PCC ਐਂਡ ਪਾਸਪੋਰਟ ਦੇਵੋਗੇ। ਫਿਰ ਜਿਹੜੇ ਵੀ ਕੰਮ 'ਚ ਤੁਸੀਂ ਜਾਣਾ ਆ, ਜਿੱਦਾਂ ਦੇ ਜਿਹੜੇ ਬੰਦੇ ਡਿਲੀਵਰੀ ਜਾਂਦੇ ਆ ਉਹਨਾਂ ਕੋਲ ਲਾਇਸੈਂਸ ਹੋਣਾ ਚਾਹੀਦਾ ਆ, ਅਤੇ ਉਹਨਾਂ ਦਾ ਇੰਟਰਵਿਊ ਹੁੰਦਾ ਆ ਔਨਲਾਈਨ ਜ਼ੂਮ ਐਪਲੀਕੇਸ਼ਨ 'ਤੇ, ਅਤੇ ਜਿਹੜਾ ਬੰਦਾ ਇੰਟਰਵਿਊ 'ਚ ਪਾਸ ਹੋ ਜਾਂਦਾ ਫਿਰ ਉਹਦਾ ਅਪਲਾਈ ਹੁੰਦਾ ਆ, ਉਹਨੂੰ ਪਹਿਲਾਂ ਔਫਰ ਲੈਟਰ ਆਉਂਦਾ ਆ ਜੋ ਕਿ ਤਕਰੀਬਨ ਮਹੀਨੇ ਦੇ ਵਿੱਚ ਆ ਜਾਂਦਾ ਆ, ਅਤੇ ਉਸ ਤੋਂ ਬਾਅਦ ਫਿਰ ਤੁਹਾਡਾ ਵਰਕ ਪਰਮਿਟ ਅਪਲਾਈ ਕੀਤਾ ਜਾਂਦਾ ਏਜੰਸੀ ਦੁਆਰਾ। ਅਤੇ ਵਰਕ ਪਰਮਿਟ ਅਪਲਾਈ ਹੋਣ ਤੋਂ ਬਾਅਦ 3 ਤੋਂ 4 ਮਹੀਨੇ ਲੱਗਦੇ ਆ ਵਰਕ ਪਰਮਿਟ ਇਸ਼ੂ ਹੋਣ 'ਚ। ਜਦੋਂ ਵਰਕ ਪਰਮਿਟ ਇਸ਼ੂ ਹੋ ਜਾਂਦਾ ਆ ਫਿਰ ਤੁਹਾਨੂੰ ਸਲੋਟ ਲੈਣੀ ਪੈਂਦੀ ਆ VFS ਦੀ, ਜੋ ਕਿ ਤੁਹਾਡਾ ਜਿਹੜੀ ਏਜੰਸੀ ਆ ਉਹੀ ਕਰਕੇ ਦੇਵੇਗੀ, ਏਜੰਟ ਹੀ ਕਰਕੇ ਦੇਵੇਗਾ। ਉਹ ਦਿੱਲੀ ਦੀ ਵੀ ਹੋ ਸਕਦੀ ਆ, ਹੈਦਰਾਬਾਦ ਦੀ ਹੋ ਸਕਦੀ ਆ, ਬੰਬੇ ਦੀ ਹੋ ਸਕਦੀ ਹੈ, ਕੋਲਕਾਤੇ ਦੀ ਹੋ ਸਕਦੀ ਆ, ਕਿਤੇ ਵੀ ਹੋ ਸਕਦੀ ਆ। ਅਤੇ ਫਿਰ ਤੁਸੀਂ ਜਾਣਾ ਹੁੰਦਾ ਆਪਣੀ ਸਬਮਿਸ਼ਨ ਕਰਵਾਉਣ ਉੱਥੇ, ਉੱਥੇ ਉਹਦਾ ਵੀ ਤੁਹਾਨੂੰ ਮੈਂ ਪ੍ਰੋਸੈਸ ਦੱਸ ਦਾਂਗਾ ਕਿ ਕੀ ਪ੍ਰੋਸੈਸ ਹੁੰਦਾ, ਕੀ ਡਾਕੂਮੈਂਟ ਲੱਗਦੇ ਆ। ਅਤੇ ਉਸ ਤੋਂ ਬਾਅਦ ਜਿਹੜਾ ਅੱਗੇ ਪ੍ਰੋਸੈਸ ਹੈਗਾ ਉਹ 80 ਤੋਂ 120 ਦਿਨ ਦਾ ਹੁੰਦਾ ਵੀਜ਼ਾ ਸਟੈਂਪਿੰਗ ਦਾ, ਅਤੇ 80 ਤੋਂ 120 ਦਿਨ ਲੱਗਦੇ ਆ ਵੀਜ਼ਾ ਸਟੈਂਪ ਹੋਣ 'ਚ। ਜਦੋਂ ਵੀਜ਼ਾ ਸਟੈਂਪ ਹੋ ਜਾਂਦਾ ਆ ਫਿਰ ਜਿਹੜੀ ਏਜੰਸੀ ਆ ਤੁਹਾਡੀ ਟਿਕਟ ਕਰਵਾ ਕੇ ਦੇਵੇਗੀ, ਅਤੇ ਤੁਸੀਂ ਆਪਣੇ ਪਾਸਪੋਰਟ ਟਿਕਟ ਅਤੇ ਹੋਰ ਜੋ ਟਰੈਵਲ ਇੰਸ਼ੋਰੈਂਸ ਵਾਲਾ ਡਾਕੂਮੈਂਟ ਹੈਗੇ ਆ ਉਹ ਲੈ ਕੇ ਤੁਸੀਂ ਕ੍ਰੋਏਸ਼ੀਆ ਆ ਜਾਣਾ ਹੈਗਾ ਆ। ਇੱਥੇ ਜਿਹੜਾ ਆ ਕੋਈ ਪੁੱਛਗਿੱਛ ਨਹੀਂ ਹੈਗੀ ਇੰਨੀ, ਨਾ ਹੀ ਸਾਡੀ ਕੋਈ ਦਿੱਲੀ ਏਅਰਪੋਰਟ 'ਤੇ ਇੰਨੀ ਪੁੱਛਗਿੱਛ ਹੋਈ ਸੀ ਇਮੀਗ੍ਰੇਸ਼ਨ 'ਚ, ਅਤੇ ਨਾ ਹੀ ਕੋਈ ਇੱਥੇ ਆਪਣੀ ਜ਼ਿਆਦਾ ਪੁੱਛਗਿੱਛ ਹੋਈ ਆ ਕ੍ਰੋਏਸ਼ੀਆ ਜੈਗਰੇਵ ਏਅਰਪੋਰਟ 'ਤੇ। ਦਿੱਲੀ ਬਸ ਉਹਨਾਂ ਨੇ ਪੁੱਛਿਆ ਸੀਗਾ ਕਿ ਤੁਸੀਂ ਕਿਹੜੇ ਕੰਮ ਲਈ ਜਾ ਰਹੇ ਹੋ, ਬਸ ਹੋਰ ਕੁਛ ਨਹੀਂ ਪੁੱਛਿਆ, ਅਤੇ ਵੀਜ਼ਾ ਦੇਖਿਆ, ਪਾਸਪੋਰਟ ਦੇਖਿਆ। ਅਤੇ ਜਦੋਂ ਆਪਾਂ ਇੱਥੇ ਕ੍ਰੋਏਸ਼ੀਆ ਲੈਂਡ ਹੋਏ ਸੀ ਉੱਥੇ ਵੀ ਬਸ ਉਹਨਾਂ ਨੇ ਆਪਣਾ ਵਰਕ ਪਰਮਿਟ ਐਂਡ ਪਾਸਪੋਰਟ ਦੇਖਿਆ ਸੀ, ਹੋਰ ਕੁਛ ਨਹੀਂ ਪੁੱਛਿਆ ਉਹਨਾਂ ਨੇ, ਅਤੇ ਸਟੈਂਪ ਲਗਾ ਕੇ ਐਂਟਰੀ ਦੇ ਦਿੱਤੀ ਸੀਗੀ। ਇਹ ਪ੍ਰੋਸੈਸ ਹੁੰਦਾ ਹੈ ਜੀ ਕ੍ਰੋਏਸ਼ੀਆ ਆਉਣ ਦਾ। ਅਤੇ ਜਿਹੜੇ VFS 'ਚ ਕੀ ਡਾਕੂਮੈਂਟ ਲੱਗਦੇ ਆ ਉਹਦੇ ਰਿਗਾਰਡਿੰਗ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗਾ ਅਤੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ। ਅਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰੀ ਡਿਟੇਲ ਜਿਹੜੀ ਹੈ ਸਮਝ ਆ ਗਈ ਹੋਏਗੀ। ਫਿਰ ਵੀ ਜੇਕਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਵਿੱਚ ਲਿਖ ਸਕਦੇ ਹੋ, ਅਤੇ ਮੈਂ ਉਹਦਾ ਜਿਹੜਾ ਆ ਜਵਾਬ ਦੇਵਾਂਗਾ, ਤੁਹਾਨੂੰ ਆਂਸਰ ਦੇਵਾਂਗਾ। ਅਤੇ ਇਹ ਸੀ ਅੱਜ ਦਾ ਬਲੌਗ ਜਿਹ 'ਚ ਦੱਸਿਆ ਸੀਗਾ ਕਿ ਆਪਾਂ ਕ੍ਰੋਏਸ਼ੀਆ ਕਿਵੇਂ ਆ ਸਕਦੇ ਹਾਂ, ਅਤੇ ਜਿਹੜਾ ਖਰਚਾ ਹੁੰਦਾ ਆ ਉਹ ਅਲੱਗ ਅਲੱਗ ਹੁੰਦਾ ਆ, ਖਰਚਾ ਜਿਹੜਾ ਆ ਉਹ ਅਲੱਗ ਅਲੱਗ ਹੁੰਦਾ ਆ, ਡਿਪੈਂਡ ਕਰਦਾ ਕਿ ਤੁਹਾਡੀ ਏਜੰਸੀ ਕਿੰਨਾ ਲੈ ਰਹੀ ਆ, ਇਹਦੇ ਬਾਰੇ ਮੈਂ ਨਹੀਂ ਦੱਸ ਸਕਦਾ। ਅਤੇ ਬਾਕੀ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਬਲੌਗ ਹੈ ਪਸੰਦ ਆਇਆ ਹੋਏਗਾ। ਸੋ ਮਿਲਦੇ ਹਾਂ ਜੀ ਕਿਸੇ ਨੈਕਸਟ ਬਲੌਗ 'ਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।